ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਤਿਹਾਸ ਲੈ ਕੇ ਆਪ ਸਿੱਖ ਸੰਗਤਾਂ ਦੇ ਸਨਮੁਖ ਹਾਜ਼ਰ ਹੋਇਆ ਹਾਂ। ਅੱਜ 17 ਫਰਵਰੀ, ਇਹ ਦਿਨ ਸਿੱਖ ਧਰਮ ਦੇ ਵਿੱਚ ਆਪਣੀ ਇੱਕ ਵੱਖਰੀ ਅਹਿਮ ਥਾਂ ਰੱਖਦਾ ਆ। ਪਟਿਆਲੇ ਦਾ ਰਾਜਾ ਅਮਰ ਸਿੰਘ ਜਿੱਥੇ ਇਸ ਕੀ ਲਿਬਾਸ ਵਿੱਚ ਰਹਿੰਦਾ ਸੀ, ਉੱਥੇ ਹੀ ਇਹ ਸਿੱਖਾਂ ਦੇ ਦੁਸ਼ਮਣਾਂ ਦਾ ਵਾਰ ਵਾਰ ਸਾਥ ਦਿੰਦਾ ਰਹਿੰਦਾ ਸੀ। ਕਦੇ ਉਹਨਾਂ ਸਾਹਮਣੇ ਝੁੱਕ ਜਾਂਦਾ ਸੀ, ਕਦੇ ਵਿਕ ਜਾਂਦਾ ਸੀ। ਸਿੱਖਾਂ ਨੂੰ ਇਹਦੀ ਇਹ ਗੱਲ ਪਰਵਾਹ ਨਹੀਂ ਸੀ। ਇੱਕ ਵਾਰ ਇਹਦਾ ਸਰਦਾਰ ਦੇਸੂ ਸਿੰਘ ਨਾਲ ਕੋਈ ਨਿੱਜੀ ਝਗੜਾ ਹੋਇਆ। ਇਸ ਝਗੜੇ ਦੇ ਵਿੱਚ ਇਹਨੇ ਸਰਦਾਰ ਦੇਸੂ ਸਿੰਘ ਨੂੰ ਹਾਕਮਾਂ ਨਾਲ ਬਣਦੀ ਹੋਣ ਦਾ ਬੜਾ ਦਾਅਵਾ ਕੀਤਾ ਕਿ ਮੇਰੀ ਬੜੀ ਉੱਚੀ ਪਹੁੰਚ ਹੈ, ਤੁਸੀਂ ਮੇਰੇ ਸਾਹਮਣੇ ਕੀ। ਸਰਦਾਰ ਦੇਸੂ ਸਿੰਘ ਨੇ ਸਿਆਣਪ ਕੀਤੀ, ਉਹ ਇਸ ਵੇਲੇ ਤਾਂ ਕੁਛ ਨਹੀਂ ਬੋਲੇ। ਉਹਨਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਤੱਕ ਪਹੁੰਚ ਕੀਤੀ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਜਦੋਂ ਇਹ ਗੱਲ ਦੱਸੀ, ਉਹਨਾਂ ਨੇ ਬਹੁਤਾ ਸਮਾਂ ਨਾ ਬਤੀਤ ਕਰਦਿਆਂ ਪਟਿਆਲੇ ਦੇ ਉੱਪਰ ਹਮਲਾ ਕਰ ਦਿੱਤਾ। ਜਦੋਂ ਪਟਿਆਲੇ ਦੇ ਉੱਪਰ ਹਮਲਾ ਕੀਤਾ, ਜਿਹੜਾ ਆਪਣੇ ਆਪ ਨੂੰ ਇਹ ਕਹਿੰਦਾ ਸੀ ਕਿ ਮੇਰੀ ਬਹੁਤ ਉੱਪਰ ਤੱਕ ਪਹੁੰਚਿਆ, ਪਤਾ ਲੱਗਾ ਕਿ ਆਪਣੇ ਕਿਲ੍ਹੇ ਦੇ ਬੈੱਡ ਦੇ ਥੱਲੋਂ ਨਹੀਂ ਨਿਕਲਦਾ ਪਿਆ। ਜਿਹੜਾ ਆਪਣੇ ਆਪ ਨੂੰ ਯੋਧਾ ਕਹਾਉਂਦਾ ਸੀ, ਇਹ ਹੁਣ ਬੈੱਡ ਤੋਂ ਪੈਰ ਥੱਲੇ ਨਹੀਂ ਲਾਉਂਦਾ ਪਿਆ ਗਾ। ਜਦੋਂ ਇਸ ਤਰੀਕੇ ਦੇ ਨਾਲ ਘਟਨਾ ਵਾਪਰੀ, ਸਰਦਾਰ ਜੱਸਾ ਸਿੰਘ ਨੇ ਆਪਣਾ ਇੱਕ ਨੁਮਾਇੰਦਾ ਭੇਜਿਆ ਕਿ ਅਮਰ ਸਿੰਘ ਨੂੰ ਕਹੋ ਖਾਲਸਾ ਆਇਆ ਆ, ਜਿੱਥੋਂ ਤੱਕ ਤੇਰੀ ਪਹੁੰਚ ਹੈ ਤੂੰ ਵਰਤ ਲੈ, ਜਿੱਥੋਂ ਤੱਕ ਸਾਡੀ ਹੈ ਅਸੀਂ ਵਰਤ ਲਾਂਗੇ। ਜਦੋਂ ਇੰਨੀ ਗੱਲ ਕਹੀ, ਅਮਰ ਸਿੰਘ ਡਰਦਾ ਮਾਰਾ ਕੋਈ ਜਵਾਬ ਨਾ ਦੇਵੇ। ਜਦੋਂ ਕੋਈ ਜਵਾਬ ਨਹੀਂ ਦਿੱਤਾ, ਸਿੱਖਾਂ ਨੇ ਘੇਰਾ ਸਖਤ ਕਰ ਦਿੱਤਾ, ਨਾ ਕੋਈ ਬਾਹਰ ਜਾਊ ਅਤੇ ਨਾ ਕੋਈ ਬਾਹਰੋਂ ਆਊ। ਜਦੋਂ ਸਖਤ ਘੇਰਾ ਕੀਤਾ ਗਿਆ, 29 ਫਰਵਰੀ ਤੱਕ ਸਿੱਖ ਇਸ ਇਲਾਕੇ ਨੂੰ ਘੇਰਾ ਪਾਈ ਰੱਖਦੇ ਨੇ। ਇਹਦੇ ਵੱਲੋਂ ਅਮਰ ਸਿੰਘ ਦੇ ਵੱਲੋਂ ਕੁਝ ਕੁ ਆਪਣੇ ਸੈਨਾਪਤੀਆਂ ਨੂੰ, ਫੌਜ ਦੇ ਮੁਖੀਆਂ ਨੂੰ ਇਹ ਗੱਲ ਕਹੀ ਜਾਂਦੀ ਸੀ ਵੀ ਸਿੱਖਾਂ ਦਾ ਮੁਕਾਬਲਾ ਕਰੋ। ਉਹ ਇੱਕੋ ਗੱਲ ਕਹਿੰਦੇ ਨੇ, ਕਹਿਣ ਲੱਗੇ ਜੀ ਸਾਡੇ ਕੋਲ ਇਹ ਹਿੰਮਤ ਹੈ ਕਿ ਅਸੀਂ ਅਹਿਮਦ ਸ਼ਾਹ ਅਬਦਾਲੀ ਵਰਗੇ ਹਾਕਮਾਂ ਨਾਲ ਲੜ ਲਈਏ ਜਿਨ੍ਹਾਂ ਸਾਹਮਣੇ ਤੁਸੀਂ ਵਿਖੇ, ਪਰੰਤੂ ਸਾਡੇ ਕੋਲ ਐਡੀ ਹਿੰਮਤ ਨਹੀਂ ਹੈ ਕਿ ਅਸੀਂ ਸਿੱਖਾਂ ਦੇ ਨਾਲ ਮੁਕਾਬਲਾ ਕਰ ਸਕੀਏ। ਹਾਲਾਂਕਿ ਅਮਰ ਸਿੰਘ ਦੀ ਫੌਜ ਦੇ ਵਿੱਚ ਵੀ ਬਹੁਤੇ ਸਿੱਖ ਹੀ ਸਨ, ਅਤੇ ਪ੍ਰਾਂਤਨ ਸਿੱਖਾਂ ਦੀ ਇੱਕ ਬੜੀ ਡਾਢੀ ਗੱਲ ਹੈ, ਜਿਹੜੇ ਸੱਚੀ ਸਿੱਖ ਹੁੰਦੇ ਸਨ ਉਹ ਕਦੇ ਵੀ ਸਿੱਖਾਂ ਨਾਲ ਨਹੀਂ ਲੜਦੇ ਸਨ। ਅੱਜ ਵੀ ਅਖੌਤੀ ਸਿੱਖ ਹੀ ਅਖੌਤੀਆਂ ਨਾਲ ਲੜਦੇ ਨੇ, ਸੱਚੇ ਸਿੱਖ ਤਾਂ ਕਦੇ ਵੀ ਨਹੀਂ ਲੜਦੇ। ਇਸ ਤਰੀਕੇ ਦੇ ਨਾਲ 29 ਫਰਵਰੀ ਤੱਕ ਇਹਨਾਂ ਨੇ ਕਹਿਰਾ ਕਾਇਮ ਰੱਖਿਆ। ਜਦੋਂ ਅਮਰ ਸਿੰਘ ਨੂੰ ਪਤਾ ਲੱਗਾ ਵੀ ਮੇਰੀ ਖਾਲਸੇ ਤੋਂ ਜਾਨ ਨਹੀਂ ਛੁੱਟਣੀ, ਫਿਰ ਉਹਨੇ ਆਪਣੇ ਵੱਲੋਂ ਹਰਜਾਨਾ ਭਰ ਕੇ, ਜੁਰਮਾਨਾ ਭਰ ਕੇ ਸਿੱਖ ਸੰਗਤਾਂ ਤੋਂ ਮਾਫ਼ੀ ਮੰਗੀ। ਦੇਸੂ ਸਿੰਘ ਦੇ ਪੈਰਾਂ ਵਿੱਚ ਆਪਣੀ ਪੱਗ ਰੱਖੀ ਕਿ ਮੇਰੇ ਤੋਂ ਗਲਤੀ ਹੋ ਗਈ, ਮੈਂ ਤੈਨੂੰ ਸਰਕਾਰੀ ਦਰਬਾਰੇ ਪਹੁੰਚ ਹੋਣ ਦਾ ਡਰਾਵਾ ਦਿੱਤਾ। ਇਹ ਅੱਜ ਦੀ ਬਹਾਦਰੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਜ਼ਿੰਦਗੀ ਦੀ ਇੱਕ ਅਹਿਮ ਘਟਨਾ ਹੈ ਜਿਹਨੂੰ ਨਾ ਕਦੇ ਭੁਲਾਇਆ ਜਾ ਸਕਦਾ ਹੈ, ਨਾ ਵਿਸਾਰਿਆ ਜਾ ਸਕਦਾ ਹੈ। ਸਗੋਂ ਸਰਕਾਰਾਂ ਦੀ ਸ਼ਹਿ 'ਤੇ ਪੱਲਣ ਵਾਲੇ ਆਪਣਿਆਂ ਨੂੰ ਇਹ ਚੇਤਾਵਨੀ ਹੈ ਕਿ ਜਦੋਂ ਖਾਲਸਾ ਆਪਣੀ ਆਈ ਤੇ ਆਉਂਦਾ, ਫਿਰ ਬਚਾਉਣ ਵਾਲਾ ਕੋਈ ਮਾਈ ਦਾ ਲਾਲ ਮੇਲੇ ਨਹੀਂ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।